ਇੰਡੀਆ ਈਵਨ ਟੂਡੇ ਆਰ ਨੇਬਰਿੰਗ ਸਟੇਟ ਹਰਿਆਣਾ ਮੈਨੂੰ ਲੱਗਦਾ ਤੁਸੀਂ ਹਰਿਆਣੇ 'ਚ ਗਰਮੀਆਂ 'ਚ ਨਹੀਂ ਆ ਸਕਦੇ ਕਿਉਂਕਿ ਇੱਥੇ 13-14 ਘੰਟੇ ਰੋਜ਼ ਦੇ ਪਾਵਰ ਕੱਟਸ ਹੈ 14 ਘੰਟੇ ਐਂਡ ਆਈ ਮਸਟ ਟੈਲ ਯੂ ਅ ਗੁੱਡ ਨਿਊਜ਼ ਦਿਸ ਈਅਰ 2013 ਐਂਡ ਬਾਈ ਡਿਸੰਬਰ ਪੰਜਾਬ ਵਿਲ ਬੀ ਵਨ ਆਫ ਦ ਓਨਲੀ ਸਟੇਟਸ ਇਨ ਦ ਕੰਟਰੀ ਵੀ ਵਿਲ ਬੀ ਅ ਪਾਵਰ ਸਰਪਲਸ ਸਟੇਟ ਦਿਸ ਇਜ਼ ਆ ਮਿਸ਼ਨ ਵਨ ਵੈਨ ਵੀ ਸਟਾਰਟਡ ਆ ਮਿਸ਼ਨ ਵਨ ਉਹ ਸਾਡਾ ਮਿਸ਼ਨ ਵਨ ਅਸੀਂ 5 ਸਾਲ ਪਹਿਲੇ ਸ਼ੁਰੂ ਕੀਤਾ ਸੀ ਵੀ ਵਿਲ ਅਚੀਵ ਇਟ ਟੂਡੇ ਆਫਟਰ ਵਿਦਨ 6 ਈਅਰਸ ਵਿੱਚ ਨੋ ਅਦਰ ਸਟੇਟ ਕਿਸੇ ਵੀ ਸਟੇਟ ਨੇ ਹਿੰਦੁਸਤਾਨ ਦੀ ਸਟੇਟ ਨੇ ਆਹ ਅਚੀਵ ਨਹੀਂ ਕਰ ਸਕੇ ਭਾਵੇਂ ਆਪਾਂ ਨੂੰ ਤਕਰੀਬਨ ਲਾ ਲਓ 70 ਸਾਲ ਹੋ ਗਏ ਆਜ਼ਾਦੀ ਮਿਲੇ ਨੂੰ ਪਰ ਪਾਵਰ ਸਰਪਲਸ ਇਕੱਲੀ ਆਪਣੀ ਸੂਬਾ ਬਾਈ ਐਂਡ ਆਫ 2013 ਹੋ ਜੂਗਾ ਐਂਡ ਦਿਸ ਇਜ਼ ਹਾਊ ਵੀ ਹੈਵ ਡਨ ਇਟ ਯੂ ਕੈਨ ਸੀ ਦ ਚਾਰਟ ਆਈ ਡੋਂਟ ਵਾਂਟ ਟੂ ਗੈਟ ਇਨ ਟੂ ਇਟ ਟੂ ਮੱਚ ਦੈਨ ਜਿਹੜੇ ਸਾਡੇ ਹਾਊ ਵੀ ਹੈਵ ਡਨ ਇਟ ਆਈ ਜਸਟ ਮੈਂਸ਼ਨ ਵੀ ਸੈਟ ਅਪ 3 ਮੈਗਾ ਪਾਵਰ ਪਲਾਂਟਸ ਵਿਚ ਆਰ ਅੰਡਰ ਕੰਸਟਰਕਸ਼ਨ ਵਿਦ ਇਨਵੈਸਟਮੈਂਟ ਆਫ ਅਪਰੋਕਸੀਮੇਟਲੀ 50,000 crores ਐਂਡ ਦੇ ਆਰ ਵਿਦ ਟੋਪ ਕੰਪਨੀਜ਼ ਲਾਈਕ ਸਟਰਲਾਈਡ ਫਰੋਮ ਲੰਡਨ LNT ਐਂਡ GVK ਆਲ ਦੀਸ ਪਲਾਂਟਸ ਆਰ ਔਨ ਵੇਰੀਅਸ ਸਟੇਜਿਸ ਆਫ ਕੰਪਲੀਸ਼ਨ ਵਨ ਮੇ ਬੀ ਫਸਟ ਯੂਨਿਟ ਆਫ ਵਨ ਆਫ ਦ ਪਲਾਂਟਸ ਵੀ ਹੋਪਫੁਲੀ ਇਨ ਮੇ ਆਫ ਦਿਸ ਈਅਰ ਵਿਲ ਸਟਾਰਟ ਦੈਨ ਐਵਰੀ 2 months ਵਨ ਯੂਨਿਟ ਵਿਲ ਸਟਾਰਟ ਓਪਰੇਸ਼ਨਲ ਐਂਡ ਬਾਈ ਐਂਡ ਆਫ ਦਿਸ ਮੰਥ ਈਅਰ ਵੀ ਵਿਲ ਬੀ ਪਾਵਰ ਸਰਪਲਸ ਐਂਡ ਵੀ ਆਰ ਈਵਨ ਪਲੈਨਿੰਗ ਟੂ ਐਕਸਪੋਰਟ ਪਾਵਰ ਆਈ ਵੈਂਟ ਟੂ ਪਾਕਿਸਤਾਨ ਜਸਟ ਨਾਓ ਲਾਹੌਰ ਦੇ ਆਰ ਇਨ ਡਾਇਰ ਨੀਡ ਆਫ ਪਾਵਰ ਐਂਡ ਦੇ ਆਰ ਆਸਕਿੰਗ ਅਸ ਐਂਡ ਮੇ ਬੀ ਵੀ ਸਟਾਰਟ ਐਕਸਪੋਰਟਿੰਗ ਪਾਵਰ ਈਵਨ ਟੂ ਪਾਕਿਸਤਾਨ ਔਰ ਵੇਰ ਐਵਰ ਵੀ ਵਾਂਟ ਇਨ ਇੰਡੀਆ ਐਂਡ ਲਾਈਕ ਵੀ ਮੇਕ ਮਨੀ ਆਊਟ ਆਫ ਵੀਟ ਐਂਡ ਰਾਈਸ ਆਰ ਏਮ ਇਜ਼ ਵੀ ਗੋਇੰ ਟੂ ਅਰਨ ਮਨੀ ਆਊਟ ਆਫ ਪਾਵਰ ਐਂਡ ਮੇਕ ਪਾਵਰ ਚੀਪਰ ਇਨ ਪੰਜਾਬ ਫੋਰ ਆਰ ਸਿਟੀਜ਼ਨਸ ਫਰੋਮ ਦਾ ਪ੍ਰੋਫਿਟਸ ਬਾਈ ਰਿਡਿਊਸਿੰਗ ਦ ਕੋਸਟ ਆਫ ਪਾਵਰ ਟੂ ਆਰ ਸਿਟੀਜ਼ਨਸ ਸੋ ਦਿਸ ਇਜ਼ ਸੈਕਿੰਡ ਜਿਹੜਾ ਸਾਡਾ ਮਿਸ਼ਨ ਸੀ ਇਫ ਯੂ ਡੂ ਨੋਟ ਹੈਵ ਪੋਰਟਸ ਆਪਾਂ ਪੰਜਾਬ ਨੂੰ ਤਾਂ ਸਮੁੰਦਰ ਦੇ ਕੋਲ ਚੱਕ ਕੇ ਲਿਜਾ ਨਹੀਂ ਸਕਦੇ ਫਿਰ ਆਪਣੇ ਕੋਲ ਚਾਰਾ ਕੀ ਸੀ ਕਨੈਕਟਿਡ ਵਿਦ ਏਅਰ ਸੋ ਵੀ ਫੈਲਟ ਦੈਟ ਕਨੈਕਟਿੰਗ ਏਅਰ ਬਿਕੇਮ ਆ ਮਿਸ਼ਨ 5 years ਬੈਕ ਵੀ ਸਟਾਰਟਡ ਆਫ ਦ ਮਿਸ਼ਨ ਯੂ ਵਿਲ ਬੀ ਵੈਰੀ ਹੈਪੀ ਟੂ ਨੋ ਦੈਟ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਜੇ ਤੁਸੀਂ ਜਾਓਗੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਦੇ ਨੀਂਹ ਪੱਥਰ ਦੇ ਤੁਸੀਂ ਹੱਥ ਦੇਖੋਗੇ ਉੱਥੇ ਲੱਗਿਆ ਐਜ਼ ਯੂ ਐਂਟਰ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਂ ਲਿਖਿਆ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਦੇ ਕੰਪਲੀਸ਼ਨ 'ਤੇ ਵੀ ਤੁਸੀਂ ਜਾਓਗੇ ਕੰਪਲੀਸ਼ਨ 'ਤੇ ਵੀ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦਾ ਹੀ ਨਾਂ ਲਿਖਿਆ ਉੱਤੇ ਅਤੇ ਅਸੀਂ ਦੂਜਾ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਵਿੱਚ ਅਸੀਂ ਮਨਜ਼ੂਰ ਕਰਾਇਆ ਕੰਸਟਰਕਸ਼ਨ ਆਫ ਦੈਟ ਇਜ਼ ਸਟਾਰਟਡ ਐਂਡ ਟੋਪ ਕੰਟਰੀ ਆਫ ਟੋਪ ਕੰਪਨੀ ਆਫ ਇੰਡੀਆ LNT is building this airport. As you land, you'll see big cranes already working there. And I was talking to the people, 2014 March, April is the time when the Mohali International Airport, the construction company is LNT, which is same as the company which has built the new Delhi International Airport. So that is the project which in Mohali, we have also got approved. We also got approved another international airport at Machiwada. Little clearance is left from the defense. We are pursuing the case. Once we get that, then we'll have a third international airport at Machiwada, right in the heart of Punjab. So we can, if you look at Punjab, 3 international airports. No state in the country which has that many international airports, which we will have in another 2 years. One is already operation, other will be operational, another will come in. Haryana has no airport at all. There are total in India 13 international airports, and Punjab will have 3 of them. That is our mission too. Besides international airport, we said, let's build up more domestic airports. That's the only way to take Punjab forward. And here's what Pathankot domestic airport is operational. Bathinda is a new airport which we have just built. It is ready. We are waiting for the Minister of Civil Aviation, Government of India, to cut the ribbon. Unfortunately, Congress these days has no time. For 6 months,
ribbon is lying there, scissors are there, but he doesn't have time. So hopefully we'll try to get him back, get him here. They are doing firefighting so much. We have just cleared, you'll be happy, a 6-lane expressway from Mohali to Ludhiana. Today, Mohali-Ludhiana road, as you know, is high traffic. I was there yesterday. We have cleared it. And I was told that by 4 months or 5 months from now, construction will start for a 6-lane expressway from Mohali. The road which is present from Kharad, basically, till Kharad we have 4 lane, but from Kharad to Ludhiana, which you see so much traffic, will have a 6-lane expressway. Then we have this Ropur-Karali-Kirtipur is already built. Ambala-Zirakpur-Kalka is the one which is already done. Another one, Zirakpur to Patiala. This construction is going to start next month. Zirakpur to Patiala, a 4-lane expressway. Then next month only, construction is going to start for a Bathinda-Patiala expressway. That means from Bathinda to Chandigarh, 3 years from now, today it takes 4 hours. 3 years from now, it'll take 2 hours to reach Chandigarh from Bathinda. And total investment, even the small, small roads, these are the major expressways. Even, I'll give you a small example, Rampura-Phul to Talwandi Sabo is 40 kilometers. I've cleared a 4-lane expressway road. It's 40. Even the small, small areas, like from Malod to Muksar, it's 30 kilometers. Now, single roads concept, we are taking into 4-lane concepts. Our aim is to upgrade our infrastructure so good, make it so good that automatically Punjab becomes a destination. Today, you all have gone to America, Canada. One of the main reasons is the infrastructure there. We are going to get the same infrastructure within 3 years. I can't say same as America, but you will see that you feel as if, yes, you are in a foreign country, an international country. The same thing we are getting. And all of them are by private participation. It's not like a government ki aaj banaya ki kal no tutun gaya, usse toye peh gaye ya kuch peh gaya. Another concept that we have started in Punjab is any project to be built in Punjab from now onwards, whoever builds it will maintain it also for 5 to 10 to 15 years, depending on the project. It's not that he makes it and he goes away. It's his responsibility to maintain it so that the quality is the best. This is, I think, the mission number 3 of road connectivity. I'm not saying now you'll see the difference in roads, but just give me 3 years. After 3 years, I assure you, you will see a different Punjab in terms of road infrastructure. Fourth area is town planning. You'll be surprised. There was no master plan for Punjab, any city of Punjab. No plan. You could build anything anywhere in Punjab. In India, still is there. You go to any state, you can do whatever you want anywhere without, whether it's industries coming here, a red category industry next to residential area. Nobody cares. We made it a plan that we have to plan our state for the future. Whatever is done, we can't change it. We can't demolish things, we cannot change it, but we can at least save our state for the future. Ours is the only state where we have anything different from the master plan locations. This is what we've done, and other cities are in the pipeline. Another, you can look at the towns of another 40 are under the pipeline. So in future, you will see planned development. Another major step we have taken, illegal colonies have been completely banned now in Punjab. We have passed a law, a criminal offense colonies, the law has been passed so that at least whatever is built as per specifications, as per law, with basic infrastructure to the public. This is another major initiative we have taken. Honorable Chief Minister has decided when we took over this time, then within the next 4 years, every town of Punjab, whether small, we have about 140 some towns, every town of Punjab, before this term ends, will have 100% sewerage water supply,
roads and lighting, 100%. 10,000 crores we are investing in urban mission, which we have, under the chairmanship of Chief Minister, we have decided. Funds are already arranged, and the projects are in various stages of planning. Hopefully, after 31st March this year, 1st of April, we will have big, big companies. And our aim is to get the best companies of the country and international to implement this the urban mission infrastructure projects. You will see, another thing I want to tell you, I want to announce today, after 3 years, when you come to the holy city, Amrit, change in that city in infrastructure, you may not be able to recognize the level of investment we are putting in that city, as well as in Ludhiana, Jalandhar, and the other major cities. We have a special city mission, which I am handling myself, and the Honorable Minister Chunilal Pagaji, he is our Minister for Local Bodies, and he is with me, and we are taking it up as a mission to upgrade our city, and especially the holy city of Amritsar. All these are now in Punjab, and they have come out with various projects worth a huge amount. Now, once we have the best 100% power, we have now decided to upgrade the transport facility in our state. The Honorable our Chief Minister has, our last cabinet, about a month and a half back, has cleared the Ludhiana Metro project. And hopefully, end of this year, construction of Ludhiana Metro will start. And within 4 to 5 years, because it's a very big project, but nearly 7.5 to 10,000 crore project, which will take about 3 to 4 years to build. So Ludhiana will be the first place in North India after Delhi to have a metro, which we have already cleared. I was with the chairman, vice chairman, planning commission, government of India. They are ready to give us viable gap funding. I have a meeting with him on the 15th in Delhi. And another in Delhi, we are coming out with a very good proposal. And I don't want to announce today, because it's a very high level, very good proposal for our state, which I've been able to pursue the planning commission, government of India. And we will give the good news to people of Punjab by, I think, once that in principle clearance takes place after the 15th. We have come out, if you're from London, he throws to the Kiona pods. These pods are going to be installed in Amritsar. Within next 6 months, construction is starting. Companies already, the process is on. It'll start from Amritsar bus stand to the from Amritsar railway station and bus stand to Holy to Darbar Sahib. So these are pods, very nice. I think I've been in one of them. I think people from London know. Mayor Sahib nu pata hona tusi ta utthe Heathrow airport te ho. Utthe this pods are there. So the same company, the agreement is with the London Heathrow Airport Authority, which is building these pods for Amritsar. We have come out with a policy of urban transport. In Punjab today, which is the only state, from every district headquarter, you have luxury buses, Mercedes and Volvo buses going to coming to Chandigarh. From Amritsar, if you want to travel to Chandigarh, you will have every hourly Mercedes buses or Volvo buses. You might have seen them on the road. So we want to upgrade. And ours is the only state where even in rural areas, we have launched air-conditioned ordinary buses at just 15% fare more than the ordinary fare. So even the poor man today can travel in Punjab with an ordinary bus, air-conditioned and heated. All buses are HVAC, heated and air-conditioned, which he can travel now. We have launched, and I think there are about 500-600 buses already on the road in Punjab at the moment. We have introduced radio cabs and maxi cabs in the major towns. It's like you go to you in your country, you can call or dial a number and cabs can come. These are small, small things we try to add to the urban transport system. Even in education, I must compliment the Honorable Chief Minister with his interest in education. The major initiative, one of the biggest achievement is bringing Indian School of Business to Mohali. It is rated at the top 10 business schools in the world. Even hospitals, we have invited the top hospital chains of the country to set up in Punjab. You have now the top hospitals in everywhere.
ਨਾ ਲੁਧਿਆਣੇ ਵੀ, ਜਲੰਧਰ ਵੀ, ਜਲੰਧਰ ਤਾਂ ਹੁਣ ਵਾਲੇ ਨਹੀਂ, ਲੁਧਿਆਣੇ ਤਾਂ ਮੈਕਸ ਵੀ ਆ ਰਿਹਾ, ਫੋਰਟਿਸ ਵੀ ਆ ਗਏ ਹੈ, ਜਿਹੜੀ ਹੈਗੀ ਆਪਣੇ ਵਿਧਾਂਤਾ ਵਾਲੇ ਵੀ ਦੇ ਕਮਿੰਗ, ਵੀ ਆਰ ਕਮਿੰਗ ਅਪ ਵਿਦ ਅ ਮੈਡੀ ਸਿਟੀ ਨੀਅਰ ਮੋਹਾਲੀ, ਆਪਣਾ ਨਿਊ ਚੰਡੀਗੜ੍ਹ ਪ੍ਰੋਜੈਕਟ ਮੁੱਲਾਪੁਰ, ਇਨ 200 ਏਕੜਸ ਵੀ ਆਰ ਗੈਟਿੰਗ ਕ੍ਰੀਏਟਿੰਗ ਅ ਮੈਡੀ ਸਿਟੀ ਵੇਅਰ ਵੀ ਇਨਵਾਈਟਿੰਗ ਦਾ ਟੋਪ ਹੋਸਪਿਟਲਸ ਆਫ ਦਾ ਕੰਟਰੀ ਐਂਡ ਇੰਟਰਨੈਸ਼ਨਲੀ ਟੂ ਇਨਵੈਸਟ ਇਨ ਦੈਟ ਮੈਡੀ ਸਿਟੀ, ਐਂਡ ਵੀ ਵਾਂਟ ਟੂ ਮੇਕ ਨਿਊ ਚੰਡੀਗੜ੍ਹ ਵਿਚ ਇਜ਼ ਪੰਜਾਬ ਪਾਰਟ ਆਫ ਮੁੱਲਾਪੁਰ ਵਿਚ ਇਜ਼ ਐਕਚੁਲੀ ਮੁੱਲਾਪੁਰ ਵੀ ਨੇਮਡ ਇਟ ਨਿਊ ਚੰਡੀਗੜ੍ਹ, ਵੇਅਰ ਦਿਸ ਇਜ਼ ਗੋਇੰਗ ਟੂ ਬੀ ਦਾ ਹੱਬ ਫੋਰ ਮੈਡੀਕਲ ਟੂਰਿਜ਼ਮ ਇਨ ਏਸ਼ੀਆ, ਦਿਸ ਵਿਲ ਬਿਕਮ ਦਾ ਹੱਬ ਵਿਦ ਇੰਟਰਨੈਸ਼ਨਲ ਏਅਰਪੋਰਟ ਐ ਮਾਲੀ, ਮੈਡੀਕਲ ਟੂਰਿਜ਼ਮ ਹੱਬ, ਐਂਡ ਦੇਰ ਇਜ਼ ਅ ਬਿਗ ਰਸ਼, ਅ ਲੋਟ ਆਫ ਬਿਗ ਟੋਪ ਕੰਪਨੀਜ਼ ਆਰ ਗੋਇੰਗ ਟੂ ਸੈਟ ਅਪ ਹੋਸਪਿਟਲਸ ਹੇਅਰ ਐਂਡ ਆਫ ਵਰਲਡ ਕਲਾਸ. ਵੀ ਹੈਵ ਆਲਸੋ ਹੇਅਰ ਸੈਟਿੰਗ ਅਪ ਐਜੂਕੇਸ਼ਨ ਸਿਟੀ. ਆਈ ਐਮ ਇਨ ਟੱਚ ਵਿਦ ਇੰਟਰਨੈਸ਼ਨਲ ਯੂਨੀਵਰਸਿਟੀਜ਼, ਐਂਡ ਹੋਪਫੁਲੀ ਬਾਏ ਦਿਸ ਈਅਰ ਵੀਲ ਹੈਵ ਵਨ ਆਫ ਦ ਗੁੱਡ ਬ੍ਰਾਂਡਸ, ਇੰਡੀਅਨ ਐਂਡ ਇੰਟਰਨੈਸ਼ਨਲ, ਸੈਟਿੰਗ ਅਪ ਦੇਰ ਐਜੂਕੇਸ਼ਨ ਕੈਂਪਸਿਸ ਇਨ ਵਨ ਲੋਕੇਸ਼ਨ ਇਨ ਅਬਾਊਟ 2,000 ਹੈਕਟੇਅਰਸ ਇਨ ਯੋਰ ਨਿਊ ਚੰਡੀਗੜ੍ਹ, ਵਿਚ ਇਜ਼ ਗੋਇੰਗ ਟੂ ਬੀ ਦਾ ਹੱਬ ਫੋਰ ਐਜੂਕੇਸ਼ਨ ਸਿਟੀ. ਸੋ ਵੇਰੀਅਸ ਇਨੀਸ਼ੀਏਟਿਵਸ ਵੀ ਆਰ ਟੇਕਿੰਗ. ਵੀ ਹੈਵ ਆਲਸੋ ਲਾਂਚ ਟੂਡੇ, ਲਾਈਕ ਯੂ ਸੀ ਇਨ ਇਨ ਯੋਰ ਕੰਟਰੀ, ਸਮਬਡੀ ਗੈਟ ਸਿੱਕ, ਯੂ ਡਾਇਲ ਅ ਨੰਬਰ, ਵਾਟ ਇਜ਼ ਦ ਨੰਬਰ, ਆਈ ਥਿੰਕ 911, ਹੈਂ 999, the ambulance comes, paramedics comes. In Punjab, you can try, you know, just to check whether you're working or not, try 108. Within 20 minutes, there'll be an ambulance in your house. Anywhere in Punjab, you go to any village. Even if you, for example, koi bus nahi mili ta, gaddu manga vi leo koi. Try karan waste. Tusi, kise bhi pind ch jaake, tusi try karke dekhyo, 108 dial karyo, and jithe tusi hai, 20 ਮਿੰਟਾਂ 'ਚ ਕਿਤੇ ਵੀ ਪੰਜਾਬ 'ਚ ਹੋਵੋਗੇ ਤੁਹਾਡੇ ਕੋਲ ਐਂਬੂਲੈਂਸ ਆ ਜੂ, ਐਂਡ ਇਲ ਟੇਕ ਯੂ ਟੂ ਦਾ ਨੀਅਰੈਸਟ ਹੋਸਪਿਟਲ ਇਮੀਡੀਏਟਲੀ. ਵੀ ਆਰ ਵੈਰੀ ਸਕਸੈਸਫੁਲੀ ਲਾਂਚਡ ਇਟ, ਐਂਡ ਪਤਾ ਨਹੀਂ ਕਿੰਨੇ ਲੱਖ ਪੇਸ਼ੈਂਟਸ ਦੀ ਇੱਥੇ ਸਰਵਿਸ ਦਿੱਤੀ ਹੈ ਪਿਛਲੇ ਸਾਲ ਦੇ ਅੰਦਰ. ਹਾਊ ਮਨੀ ਪ੍ਰੈਗਨੈਂਸੀਜ਼ ਹੈਵ ਟੇਕਨ ਪਲੇਸ, ਲੇਡੀਜ਼ ਹੈਵ ਗਿਵਨ ਬਰਥ ਇਨਸਾਈਡ ਦਾ ਵੈਨ, ਬਿਕੋਜ਼ ਦੇਰ ਵਿਚ ਯੂਸ ਟੂ ਹੈਪਨ ਇਨ ਦੇ ਹਾਊਸਿਸ ਵਟ ਐਵਰ ਇਟ ਇਜ਼. It's been a very major success, and all over the country people are trying to replicate that. And sports, you always know, World Cup Kabaddi has become an event. Mainu enni khushi hundi hai ki 3 saal pehle kabaddi nu koi janda nahi si. Ab kabaddi di kahani kivein shuru hoi main vi thonu dassna chahuna hai. Main Delhi Maurya Sheraton Hotel, tusi jande ho, utthe baitha si. Mere kole koi Delhi da koi businessman si. ਅਸੀਂ ਲੰਚ ਖਾ ਰਹੇ ਸੀ ਤੇ ਮੈਨੂੰ ਕਹਿਣ ਲੱਗਿਆ ਕਿ ਕਹਿੰਦੀ ਕ੍ਰਿਕਟ ਦਾ ਕੋਈ ਮੁਕਾਬਲਾ ਨਹੀਂ, ਦੇ ਟਾਕਿੰਗ ਅਬਾਊਟ IPL, ਐਵਰੀ ਵਨ ਇਜ਼ ਅਡਿਕਟਡ, ਹਿਊਜ ਮਨੀ, ਐਵਰੀ ਵਨ ਇਨ ਇੰਡੀਆ ਅਡਿਕਟਡ ਟੂ ਕ੍ਰਿਕਟ, ਨੋਬਡੀ ਕੈਨ ਟਾਕਸ ਬਿਸਾਈਡਸ ਕ੍ਰਿਕਟ. ਮੈਂ ਕਿਹਾ ਯਾਰ ਸਾਡੀ ਵੀ ਇੱਕ ਪੰਜਾਬ ਦੀ ਖੇਡ ਹੈ ਕਬੱਡੀ, ਮੈਂ ਕਿਹਾ ਇਟ ਇਜ਼ ਅ ਪੋਟੈਂਸ਼ੀਅਲ ਟੂ ਬੀਟ ਐਨੀਥਿੰਗ. ਉਹ ਕਹਿੰਦਾ ਯਾਰ ਕਬੱਡੀ, ਕਹਿੰਦਾ ਹੀ ਸੈਡ ਯੂ ਕਾਂਟ ਬੀਟ ਕ੍ਰਿਕਟ. ਆਈ ਸੈਡ ਓਕੇ, ਇਟਸ ਅ ਚੈਲੰਜ. He said, I challenge you. I said, okay, fine. Asi odon hi agle din aaye hum Chandigarh, asi keh yaar apna sade Pragat Singh director baithe hai, sari team baithi hai, asi keh yaar let's make kabaddi world level sport. 3 saalan ch asi himmat kiti, saryan da saath milya. You'll be surprised this time, about 16 or 17 countries, Africa de pure kale. ਤੁਹਾਨੂੰ ਪਤਾ ਕੀ ਕਿਹੜੀ ਕਿਹੜੀ ਕੰਟਰੀ ਹੈ, ਕੀਨੀਆ ਤੋਂ ਅਤੇ ਸੈਰਾਲੋਨ ਤੋਂ. ਉਹਨਾਂ ਨੇ ਜ਼ਿੰਦਗੀ 'ਚ ਕਬੱਡੀ ਦਾ ਨਾਂ ਹੀ ਨਹੀਂ ਸੁਣਿਆ ਸੀ. ਤੁਸੀਂ ਹਾਂ, ਆਈ ਹੋਲਡ ਹੈਲਡ ਅ ਡਿਨਰ, ਬੋਲੇ ਸੋ ਉਹਨੇ ਆਪਦੇ ਜਕਾਰੇ ਬੋਲਣ ਲਾਤੇ ਉਹਨਾਂ ਨੇ ਕਬੱਡੀ ਵਾਲ, ਹਜ਼ੂਰ ਸਾਹਿਬ ਤੋਂ ਉਹਨੇ. ਅੱਛਾ, ਉਹਦੇ ਬਾਅਦ ਅਨਾਊਂਸ ਹੋਇਆ ਸੀ ਹਜ਼ੂਰ ਸਾਹਿਬ ਦਾ, ਅਸੀਂ CM ਸਾਹਿਬ ਨਾਲ ਗਏ ਸੀ, ਉਦੋਂ ਅਸੀਂ ਬੈਠੇ ਸੀ ਅਤੇ CM ਸਾਹਿਬ ਨੂੰ ਮੈਂ ਕਿਹਾ ਜੀ 1 ਕਰੋੜ ਰੁਪਏ ਦਾ ਨਾਮ ਰੱਖ ਲਓ, ਕਿਉਂਕਿ ਯੂ ਨੋ ਯੂ ਹੈਵ ਟੂ ਕ੍ਰੇਜ਼ ਦਾ ਸਕੇਲ. ਜੇ ਅਸੀਂ 1 ਲੱਖ ਦਾ ਕਹਿੰਦੇ ਨਾ ਨਾਮ, ਤਾਂ ਕਿਸੇ ਨੇ TV 'ਚ ਵੀ ਦੇਖਣਾ ਆਉਣਾ ਸੀ, ਕਰੋੜ ਕਰਕੇ ਸਾਰੇ ਹਿੱਲ ਗਏ ਕਿ ਹੈ ਕੀ ਚੀਜ਼. ਟੂਡੇ ਵੀ ਹੈਵ ਅਰਜਨਟੀਨਾ, ਪਿਓਰ ਅਰਜਨਟੀਨੀਅਨਸ ਪਲੇਇੰਗ ਕਬੱਡੀ. ਦੈਨ ਯੂ ਹੈਵ ਫਰੋਮ ਇਰਾਨ, 860 ਨੇਸ਼ਨਸ. ਨੈਕਸਟ ਈਅਰ ਵੀ ਵਿਲ ਹੈਵ ਐਟਲੀਸਟ 23-24 ਨੇਸ਼ਨਸ, ਐਂਡ ਇਟਸ ਕਮ ਅ ਕਰੇਜ਼ ਵਰਲਡ ਵਾਈਡ, ਐਂਡ ਵੀ ਆਰ ਸੈਂਡਿੰਗ ਕੋਚਿਸ, ਪੰਜਾਬ ਗਵਰਨਮੈਂਟ ਇਜ਼ ਸੈਂਡਿੰਗ ਕੋਚਿਸ to this place, and hopefully our mission to take it to Olympics in 10 years or 15 years from now will be achieved. But I'll tell you something, wherever Punjabis are in the world, they are addicted to this sport, and I've seen it's a major success. Those 15 days
Nobody in Punjab does anything, just watch Kabaddi. Besides Kabaddi, we are now building, concentrating on hockey. You'll be surprised, in India, 16-17 hi astroturf pure India cha hai, hockey diyan. Te matlab Punjab ch kalle assi kinniyan bana diyan? 7. India 16, unna jo 7 saade Punjab assi pichle 2 saalan ch banaiyan. And we are now upgrading our sports facilities in a big way. Honorable Chief Minister has given me a go ahead. We are investing huge. This one stadium on top is our hockey stadium in Mohali. We just built it. This, the top one, is a hockey stadium. This is a stadium which we just built in Bathinda, this one. So all over the state we are building stadiums, and we are even from the state expense we are going to get this year coaches world over, the best coaches to train our sportsmen. There's a huge business opportunity in Punjab now. In the last 5 years, we have cleared 359 mega projects with an investment of more than 1.13 lakh crores is an investment which I have cleared. We are now, in the next years, what we have planned in the next 5 years, we are concentrating on area-specific industry. Like for textile, we are creating the Malwa Belt as a textile hub of India, and especially Punjab. One factory just now has been set up in near Bathinda, where cotton comes in tractors. So amazing to see. Apne khetan jo cotton traliyan ja rahi hai, te truck ch jeans banke US ja rahi hai utho. Same factory, the cotton aundi hai, te jeans stitch hoke utho hi. They'll be going to the US or all over the world. So that area is going to become the textile hub. Amritsar and hub, Amritsar Ferozpur is going to be that egg food processing, right, rice. Mohali and Amritsar, we are considering IT hub. Bathinda is a petro hub. Automobile hubs, we are planning in Punjab Patiala. A sugar hub on the border area. Hosiery, garments, knitting, weaving in Ludhiana. Hand tools in Jalandhar. Sports goods in Jalandhar. Leather goods in Jalandhar. So we are going to give all the facilities, concentrating. We are coming up with a very attractive industrial policy this month. Such an attractive industry, so that our target is we are going to get from 1 lakh in next 5 years, 5 lakh crores of investment, industrial investment in Punjab. That's the only way we can get our youth attracted towards jobs rather than drugs. Besides this, we are even, Honorable Chief Minister cares for the poor. We invest every year. We have a special schemes. Atta Dal scheme, which we give at 4 rupees atta and 4 rupees kilo atta, the 4 rupees kilo dal, we are giving to 15 lakh people per month. And we have spent more than 1300 crores in the last 5 years. Asi old age pension dinne 19 lakh bandeyan nu takriban Punjab deyan nu. This, all these schemes are started by Honorable CM. Shagan asi koi 1,96,000 nu asi shagan ladkiyan di shaadi vich gareeban di ladkiyan shaadi ditte hai ladkiyan nu hun pindan di ladkiyan nu school jaan waste to track them kyunki asi dekhe drop out rate bada hai ladkiyan da oh kyunki kende school dur hai asi cycle dene shuru kar ditte 1.5 lakh cycle asi pichle saal ditta hai and we are going to continue giving them various things to them. You'll be happy that in the last 5 years government jobs worth 1,15,000 have been provided to the citizens. Any recruitment government kitne nahi hoyi si jinni assi pichle 5 saal kiti hai jive CM saab ne aaj zikr kita. Main sare nu benti karanga te main minister Vikram ji nu bhi karanga ki thonu do buses karke tusi Anandpur saab jehda apna Sikh heritage center virasat de khalsa zarur dekh ke aayo. It is an international monument and you see the exhibition there, you see the whole. You'll be amazed and proud of us, what the Honorable Chief Minister has done. And even if you have to cancel some part of other programs of yours, you must visit Virasat e Khalsa. We have Fateh Burj, Mukhmantri Ji ne Baba Banda Singh Bahadur Ji de yaad vich Mohali banaya, this one. Then Vada Kallukara Sangarur. These are actual photographs. And this is the beautification of Darbar Sahib de agge, Harmandir Sahib de agge, this company. You might have seen construction going on. This is what is going to come up. Underneath this is going to be all, there's going to be a museum, there are going to be auditoriums where people come, the whole history, everything, plus the VIP entry lounges for dignitaries, like prime ministers are coming, presidents are coming underneath. And we opened up this area
This is, and the government is spending on this. Maybe nearly 200 and some crores is going to be spent by Punjab government on beautification of Darbar Sahib complex outside the Darbar Sahib complex. Now, the biggest and the most, I think, important area where the Honorable Chief Minister has taken an initiative is governance reforms. I was watching TV yesterday and a debate going on among NRI. I think you were there watching. And one of the issues which every NRI and every Punjabi and every Indian feels is there's corruption in India. Nobody listens. Kam hunde ni, takke khane pende hai. I personally feel corruption cannot be eliminated by creating courts. Corruption cannot be eliminated by creating Lokpal or whatever it is. How does corruption happen? Corruption happens when there's interaction between a common man and a civil servant. If there's no attraction, link up, then there'll be no corruption. If you're not going to deal with a civil servant, the minute you deal with them, you want to break a rule, you want to go out, break the line, then you have to pay and you do something. That's where corruption takes place. So when we looked at the whole scenario, we decided that let's bring about reforms, change laws. There are certain British era laws, or though times they may be relevant, today they are not relevant. We set up a commission with a target to make the administration so open, so transparent, eliminate change laws, and I don't want interaction between public and civil servant. That interaction should be eliminated. For that, we first introduced Right to Service Act. Like it has become a right of a citizen to receive the service. It's an act passed by assembly. A law has been created, and time frame has been given for 67 services. We have taken the first phase. Like this work will take 5 days, this work will take 2 days, this work will take 10 days, this work will take 15 days. And if any officer goes beyond those 5 or 6 or 7, whatever days given, he will be fined or action will be taken against him. That has had a major impact. I'm not saying it has changed everything, but I'll give you the figures later on. What are the success stories of that, and what are the failures of that, and how we are changing those? We set up special centers for the Suvidha centers. We set up even this in a revenue department. We set up there are Fard Kendras. In police, we set up SAN centers, where you don't have to go to a police station. You go to these centers where people are not dressed in police uniform. You look as if you're in a private office of a corporate office, and you get everything done. Now, these are the services, 69 department wise. Like before that, I'll give you one or two examples so that I don't want to go into all the services. Like for example, your car registration, you want to buy a car. First you had to, when you bought a car in Punjab, after buying it, you had to take the papers to the RTO office or DTO office to get a number and registration. Then you had to do whatever you had to pay or do whatever you had to do. It used to harass everybody. Now we have changed the law. You don't have to go to any RTO, DTO. Whichever dealership you buy a car from, they only give you the RCN number. So they have to provide you the service. So that automatically corruption eliminates, because you're not dealing with the officer anymore. Similarly, like for example, land records. Mr. Majithia is the minister now. I'll tell you now when I come to the NRI services, even sitting in Canada, you can get a copy of your land records. You don't have to go to a Patwari now or a Tasildar now to get your land records. You can even get it in Canada. You can even now, if you can, you register with us, intikal hunda hai, you can block your intikal. I'll come to the place and what facilities we are planning to do for NRIs. You know, we are changing the system, making it so automatic. The excise department, I'm the excise minister and revenue minister. Can you imagine, in the last 2 years, we have made my whole department has become paperless now. Whole department has come paperless for everything, for your
registration, your funds, your anything is online. You don't have to go to anywhere. Your funds, everything is online. And our aim is of our government, within 2 years, we will try to make the whole Punjab government paperless. That within 2 to 3 years, that is the target we are trying to come up, because that will bring about efficiency. The whole reform process can only be successful if there's a bank end, back end, and forward end integration and a record computerization. And that we are moving in a very big way. Our police department is also getting online. Otherwise, come online. That will make things so simple. And that will be the whole problem of yours for not coming to India. Get the takke khane pende hai. Oh, problem hi asi khatam kar diya. Jaldi bimari khatam kar deni hai. Thonu, for everything, you'll be just on a computer, laptop. You want an application. Je tusi koi vyah shaadi de, koi tusi karna hai apna. Permission leni hai loudspeaker di, par thanedar thane kol jaan di lod nahi hai. Online you will have to apply and online you will get clearances. These are the facilities we are planning, and we have some of them already launched, and some of them 90% of them will be launched within 6 months from now. Within 6 months, that's what we are planning to do. These are all the services. I just want to skip over. Acha, you'll be happy. These services are, this Right to Service Act was introduced in July 2011 with a time frame. Total application received by us in under the Right to Service Act was 48 lakhs approximately in civil service. You'll be happy, only 16,000 pending out of the 48 lakhs are pending. Rest, all of them have been replied to. And by the time stated, we have a commission headed by Right to Service Act Commission who monitors everything from there. And you'll be have out of 48 lakh applications, only 16,000 are pending. Rest, every application has been sorted out, replied, yes or no, whatever had to be done within the time frame. In police, SAN center, which we, today you don't have to go to a police station. Our aim is, ਕਿ ਤੁਸੀਂ ਇੱਕ ਕੱਲ੍ਹ ਵੀ ਮੈਂ ਸੁਣ ਰਿਹਾ ਸੀ ਮੁਨਸ਼ੀ ਤੋਂ ਤੰਗ ਆਏ ਪਏ ਹੋ ਤੇ ਥਾਣੇਦਾਰ ਤੋਂ ਤੰਗ ਆਉਂਦੇ ਆ ਹੁਣ ਤੁਹਾਡੇ ਕੋਲੇ ਪੰਜਾਬ 'ਚ ਕਿਸੇ ਮੁਨਸ਼ੀ ਕੋਲੇ ਜਾਣ ਦੀ ਲੋੜ ਨਹੀਂ ਯੂ ਹੈਵ ਅ ਪ੍ਰੋਬਲਮ ਯੂਅਰ ਇਨ ਲੁਧਿਆਣਾ ਸੰਬੜੀ ਫਰੋਮ ਯਰ ਹਾਊਸ ਇਨ ਜਲੰਧਰ ਹੈਜ਼ ਸਟੋਲਨ ਸਮਥਿੰਗ ਯੂ ਲਿਵ ਇਨ ਲੁਧਿਆਣਾ ਨਾਓ ਯੂ ਕੈਨ ਗੋ ਟੂ ਅ ਸਾਨ ਸੈਂਟਰ ਇਨ ਲੁਧਿਆਣਾ ਨੋਟ ਅ ਪੁਲਿਸ ਸਟੇਸ਼ਨ ਇਟਸ ਅ ਵੈਰੀ ਨਾਈਸ ਯੂ ਸ਼ੁਡ ਵਿਜ਼ਿਟ ਇਟ ਸੈਂਟਰ ਯੂ ਗੋ ਦੇਰ ਯੂ ਜਸਟ ਗੋ ਦੇਰ ਐਂਡ ਯੂ ਕੈਨ ਫਾਈਲ ਅ ਕੰਪਲੇਂਟ ਇਨ ਜਲੰਧਰ ਕੰਪਲੇਂਟ ਇਨ ਲੁਧਿਆਣਾ on a laptop and your complaint is there registered. And you can get a special ID number where you can track your complaint and everything. So today, you don't have to, you will not have to go to any police station. That is the level of reforms we are bringing into our state. Some of them are already existing. Some we have failed. I'm not saying all of them are working 100%, but we have had a huge success. We are learning from our mistakes. We are changing things again, and hopefully, within 6-8 months this year, by July this year, all our forms and all our services, once they come online and the systems come online, and we'll take these services to a village level. In the sense that these SAN centers, which are now 130, will go up to 300 by end of this year. Similarly, these village Suvidha centers, which are in the district headquarters, we are taking to a 3-village or 5-level village cluster. To that level of depth, we are planning to take it within the next, this year of 1.5 years, to make the services completely paperless and hassle-free. This is a very important thing which I want to clear up among all of you. There is a perception created ki Punjab nang ho gaya. Jeda saada itho leader janda hai, jeda virodhi hai, ik ta main dekhya hai, jinu Punjab ch koi puchda nahi, utthe sare haar paun utthe lag lag jande utthe ja bahar jaake. ਜਿਹੜਾ ਇੱਕ ਗੱਲ ਤੁਸੀਂ ਫੰਡਾਮੈਂਟਲੀ ਤੁਸੀਂ ਦੇਖੋ ਜਿਹੜੇ ਪੰਜਾਬ 'ਚ ਰਹਿਣ ਵਾਲਾ ਬੰਦਾ ਜਿਹੜੇ ਪੰਜਾਬ ਵਾਲੇ ਲੋਕ ਨਹੀਂ ਪਸੰਦ ਕਰਦੇ ਇਹਦਾ ਮਤਲਬ ਉਹਦੇ ਕੋਈ ਨਾ ਕੋਈ ਕਮੀ ਤਾਂ ਹੋਣੀ ਹੈ ਉੱਥੇ ਜਾ ਕੇ ਜਮਾਂ ਪਤਾ ਨਹੀਂ ਉਹ ਪਤਾ ਨਹੀਂ ਕਿੱਥੋਂ ਹੀਰੋ ਆ ਜਾਂਦਾ ਸਾਰੇ ਹਾਰ ਲਾਈਨਾਂ ਲੈ ਕੇ ਜਕਾਰੇ ਛੱਡ ਕੇ ਜਿੰਨੇ ਇੱਥੋਂ ਜਾਣਗੇ ਲੋਕ ਰਿਜੈਕਟਡ ਫਰੋਮ ਪੀਪਲ ਆਫ ਪੰਜਾਬ ਉੱਥੇ ਜਾਣਗੇ ਜੀ ਪੰਜਾਬ ਨੰਗ ਹੋ ਗਿਆ ਜੀ ਪੰਜਾਬ ਦਾ ਬੁਰਾ ਹੋ ਗਿਆ ਡੈਟ ਇੰਨਾ ਚੜ੍ਹ ਗਿਆ ਜੀ ਸਾਰੇ ਕਰਜ਼ਾਈ ਹੋ ਗਏ ਜੀ ਸਾਰਾ ਕੁਛ ਨਹੀਂ ਜੀ ਬਸ ਅੱਜ ਤਨਖਾਹ ਨਹੀਂ ਦੇਣੀਆਂ ਜਾਣੀਆਂ ਕੱਲ੍ਹ ਬਸ ਕੱਲ੍ਹ ਵੀ ਬੰਦ ਹੋ ਜੂ ਮੈਂ ਕਹਿੰਦਾ ਜਿਹੜੇ ਆ ਬੰਦੇ ਕਹਿੰਦੇ ਆ ਨਾ ਸਭ ਤੋਂ ਵੱਡੇ ਦੁਸ਼ਮਣ ਪੰਜਾਬ ਦੇ ਉਹ ਹੈ ਤੁਸੀਂ ਕਿਤੇ ਅਮਰੀਕਾ ਦੇ
ਪ੍ਰੈਜ਼ੀਡੈਂਟ ਨੂੰ ਕਹਿੰਦੇ ਦੇਖਿਆ ਕਿ ਯਾਰ ਮੇਰੇ ਕੋਲ, ਮੈਂ ਤਾਂ ਨੰਗ ਹੋ ਗਿਆ, ਮੇਰਾ ਬੁਰਾ ਐਂ ਛਾਤੀ ਟਾਰ ਕੇ, ਭਾਵੇਂ ਦਵਾਨੀ ਨਾ ਹੋਏ ਉਹਨਾਂ ਕੋਲ, ਐਂ ਟੋਰ ਨਾ ਤੁਰਨਗੇ, ਆਪਣੇ ਆਪਣੇ ਪੰਜਾਬ ਨੂੰ ਬਦਨਾਮ ਕਰਨ 'ਤੇ ਲੱਗੇ ਰਹਿੰਦੇ। ਇੱਕ ਤਾਂ ਮੇਰਾ ਭਰਾ ਹੀ ਸੀ ਉੱਥੇ ਜਾ ਕੇ, ਮਤਲਬ ਕਾਫੀ ਗੇੜੇ ਗੁੜੇ ਕੱਢੇ ਹੋਣੇ, ਸਾਰਾ ਨੰਗ ਨੁੰਗ ਕਰਿਆ ਸਾਰਿਆਂ ਨੂੰ। ਇੱਕ ਇੱਥੇ ਆਪਣੇ ਜਿੰਨੇ ਮਹਾਰਾਜ ਸਾਹਿਬ ਸਾਡੇ ਪੁਰਾਣੇ ਮੁੱਖ ਮੰਤਰੀ, ਬਹੁਤ ਪੰਜਾਬ ਰੋਜ਼ ਅਖਬਾਰ 'ਚ ਪੜ੍ਹ ਲਓਗੇ, ਪੰਜਾਬ ਲੋ ਐਂਡ ਆਰਡਰ ਬਸ ਪਤਾ ਨਹੀਂ ਕੀ ਹੋਈ ਜਾਂਦਾ, ਪੰਜਾਬ ਨੰਗ ਹੋ ਗਿਆ। ਐਕਚੁਅਲ ਫੈਕਟਸ ਆਈ ਵਿਲ ਟੈਲ ਯੂ ਨਾਓ। ਪਹਿਲੀ ਗੱਲ ਹੈ, ਇਫ ਆਲ ਇਕਨੋਮਿਕ ਸਟੂਡੈਂਟਸ ਨੋ, ਡੈਟ ਇਜ਼ ਨੋਟ ਬੈਡ, ਪ੍ਰੋਡਕਟਿਵ ਡੈਟ ਇਜ਼ ਨੋਟ ਬੈਡ। ਹੂ ਇਜ਼ ਦ ਰਿਚੈਸਟ ਮੈਨ ਇਨ ਇੰਡੀਆ? ਇਜ਼ ਮਿਸਟਰ ਅੰਬਾਨੀ ਔਰ ਰਤਨ ਟਾਟਾ? ਹੀ ਹੈਜ਼ ਦਾ ਹਾਈਐਸਟ ਡੈਟ ਇਨ ਇੰਡੀਆ। ਸੋ ਇਹਦਾ ਮਤਲਬ ਨੰਗ ਨਹੀਂ ਹੈ ਜਿਹੜੀ, ਇਟ ਹੈਜ਼ ਟੂ ਬੀ ਅ ਪ੍ਰੋਡਕਟਿਵ ਡੈਟ। ਸਟੇਟਸ ਡੂ ਨੋਟ ਗਰੋ ਵਿਦਾਊਟ ਡੈਟ। ਕੋਈ ਤੁਸੀਂ ਆਪਣਾ ਜਦੋਂ ਫੈਕਟਰੀ ਲਾਈ ਆ, ਤੁਸੀਂ ਆਪਣੇ ਅਮੈਰੀਕਾ ਗਏ ਹੋ, ਤੁਸੀਂ ਆਪਣੇ ਜੇਬ ਤੋਂ ਨਹੀਂ ਪੈਸੇ ਸਾਰਾ ਲਾਇਆ, ਤੁਸੀਂ ਅਮਰੀਕਾ 'ਚ ਤਾਂ ਤੁਸੀਂ ਤਾਂ ਪਹਿਲਾਂ 5% 10% ਦਿੰਦੇ ਹੋ, ਸਾਰਾ ਲੋਨ ਹੀ ਲੈਂਦੇ ਹੋ ਤੁਸੀਂ, ਉਹਦੇ ਬਾਅਦ ਹੌਲੀ ਹੌਲੀ ਲਾਈ ਜਾਂਦੇ ਹੋ। ਸੋ ਦੈਟ ਡਜ਼ਨਟ ਮੀਨ ਤੁਸੀਂ ਨੰਗ ਹੋ ਗਏ। ਯੂ ਬਿਜ਼ਨਸ ਕੰਟਰੀਜ਼, ਨੇਸ਼ਨਸ ਐਂਡ ਵਰਲਡ ਕੈਨੋਟ ਸਰਵਾਈਵ ਵਿਦਾਊਟ ਲੈਵਰੇਜਿੰਗ ਇਟ ਸੈਲਫ, ਬਟ ਇਟ ਹੈਜ਼ ਟੂ ਬੀ ਪ੍ਰੋਡਕਟਿਵ। ਇਟ ਕੈਨੋਟ ਬੀ ਕਿ ਲੋਨ ਲੈ ਕੇ ਰਾਤ ਨੂੰ ਦਾਰੂ ਪੀ ਕੇ ਉਹਦੇ ਕਸੀਨੋ ਚਲੇ ਗਏ, ਦੈਟ ਇਜ਼ ਰੋਂਗ। ਨਾ ਪੰਜਾਬ ਸਟੋਰੀ, ਪਰਸੈਪਸ਼ਨ ਡਿਫਰੈਂਟ ਫਰੋਮ ਰਿਐਲਿਟੀ। ਹੁਣ ਇਹ ਜੀ ਕਿ ਪੰਜਾਬ ਦਾ ਕਰਜ਼ਾ ਬਹੁਤ ਚੜ੍ਹ ਗਿਆ, ਆਹ ਤੁਹਾਨੂੰ ਮੈਂ ਪਹਿਲੇ ਇੰਡੀਆ ਦਾ ਸਨੇਰੀਓ ਦੱਸਣਾ ਚਾਹੁੰਦਾ। ਦ ਹਾਈਐਸਟ ਡੈਟ ਰਿਡਕਸ਼ਨ, ਇੰਪਰੂਵਮੈਂਟ ਕਿਹਨੇ ਸਭ ਤੋਂ ਜ਼ਿਆਦਾ ਡੈਟ ਦੀ ਕੀਤੀ? ਕੈਨ ਯੂ ਇਮੈਜਿਨ ਇਨ 2004 to 2008, 2007, ਦੈਟ ਇਜ਼ ਵੈਨ ਕੈਪਟਨ ਅਮਰਿੰਦਰ ਸਿੰਘ ਵਾਜ਼ ਅ ਚੀਫ ਮਿਨਿਸਟਰ ਆਫ ਅ ਸਟੇਟ ਫਰੋਮ 2002 to 2007, ਆਰ ਡੈਟ ਟੂ GSDP ਰੇਸ਼ੋ, ਜਿਹੜੀ ਹੁੰਦੀ ਹੈ GDP ਰੇਸ਼ੋ, ਜਿਹੜੀ ਸੈਂਟਰ ਦੀ ਹੁੰਦੀ ਹੈ GSDP, ਵਾਜ 43%। ਆ ਡੈਟ ਟੂ GSDP ਰੇਸ਼ੋ ਵਾਜ 43%। ਟੂਡੇ ਐਜ ਵੀ ਸਟੈਂਡ, ਵੀ ਗੋਟ ਇਟ ਡਾਊਨ ਟੂ 33%, ਵੀ ਹੈਵ ਰਿਡਿਊਸਡ ਇਟ ਟੂ 33%। ਵੀ ਆਰ ਦਾ ਟੋਪ 4 ਸਟੇਟਸ ਵਿਚ ਹੈਵ ਰਿਡਿਊਸਡ ਦਾ ਮੈਕਸੀਮਮ। ਵੈਸਟ ਬੰਗਾਲ ਦਾ 47 ਹੈ, ਉੱਤਰ ਪ੍ਰਦੇਸ਼ ਦਾ 50% ਹੈ। ਜਿਹੜੇ ਸਾਨੂੰ ਕਹਿੰਦੇ ਨਾ ਕਿ ਡੈਟ ਤੁਹਾਡਾ ਬਹੁਤ ਵੱਡਾ ਹੈ, ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦਾ ਡੈਟ ਦੱਸੀ ਹੈ ਟੂ GDP ਰੇਸ਼ੋ, ਇਸ 68%, ਡਬਲ ਦੈਨ ਆਸ, ਮੋਰ ਦੈਨ ਡਬਲ ਦੈਨ ਆਸ ਟੂ ਦਾ ਗਵਰਨਮੈਂਟ ਆਫ ਇੰਡੀਆ। ਮਤਲਬ ਬੁਰਾ ਹਾਲ ਸਾਡੇ ਨਾਲ ਜ਼ਿਆਦਾ ਹੈ, ਸਾਡਾ ਤਾਂ ਕੁਛ ਨਹੀਂ ਹੈ, ਇਟ ਇਜ਼ ਜਸਟ ਅ ਪਰਸੈਪਸ਼ਨ। ਆਰ ਇਜ਼ 33%, ਵੀ ਹੈਵ ਰਿਡਿਊਸਡ ਇਟ ਫਰੋਮ 43% ਟੂ 33%, ਐਂਡ ਵੀ ਗੋਇੰਗ ਟੂ ਟੇਕ ਇਟ ਨਾਓ ਇਨ ਦਾ ਨੈਕਸਟ 5 ਈਅਰਸ ਬਿਲੋ 25%, ਵਿਚ ਵਿਲ ਬੀ ਦਾ ਲੋਐਸਟ। ਓਕੇ, ਨਾਓ ਕਹਿੰਦਾ ਜੀ ਸਾਨੂੰ ਇੱਕ ਰੌਲਾ ਪਾਉਂਦੇ ਆ, ਕਹਿੰਦਾ ਜੀ ਤੁਹਾਡਾ 80,000 ਕਰੋੜ ਕਰਜ਼ਾ ਹੈ। ਹੁਣ ਮਹਾਰਾਸ਼ਟਰ ਦਾ ਹੈਗਾ 2.5 ਲੱਖ ਕਰੋੜ, ਆਪਣਾ ਇਕੱਲਾ 34% ਇਨਕਰੀਜ਼ ਹੋਇਆ ਹੈ, ਹਰਿਆਣਾ ਨਾਲ ਦੇ ਸੂਬੇ 66% ਗਰੋਥ ਕਰਜ਼ਾ ਕਰਿਆ, 33 to 56 ਵਧਿਆ, ਕਰਨਾਟਕਾ ਦਾ 56% 5 ਸਾਲਾਂ 'ਚ ਉਹਨੇ ਕਰਜ਼ਾ ਵਧਿਆ ਹੈ, ਸਾਰੀ ਆਪਣਾ ਤਾਂ ਜਮ੍ਹਾਂ ਥੱਲੇ ਹੈ। ਵੀ ਆਰ ਦਾ ਵਨ ਆਫ ਦਾ ਬੈਸਟ ਸਟੇਟਸ, ਕਰਜ਼ਾ ਅਸੀਂ ਹਰ ਸਾਲ ਲੈਂਦੇ ਹਾਂ, ਬਟ ਦੈਟ ਇਜ਼ ਫੋਰ ਇਨਫਰਾਸਟ੍ਰਕਚਰ। ਜਿਵੇਂ ਤੁਸੀਂ ਫੈਕਟਰੀ ਲਾਉਣ ਵਾਸਤੇ, ਨਵੀਂ ਫੈਕਟਰੀ ਵਾਸਤੇ ਨਵਾਂ ਕਰਜ਼ਾ ਲੈਣਾ ਟੂ ਬਿਲਡ ਯੋਰ ਬਿਜ਼ਨਸ, ਵੀ ਐਵਰੀ ਸਟੇਟ ਡਜ਼ ਇਟ, ਬਟ ਆਰ ਇਜ਼ ਅ ਰਿਡਿਊ, ਆ ਗਰੋਥ ਰੇਟ ਇਨ ਇਨ ਡੈਟ ਇਜ਼ ਦਾ ਸਲੋਐਸਟ, ਅਦਰ ਸਟੇਟਸ ਆਰ ਗੋਇੰਗ ਬਜ਼ਰਕ। ਨਾਓ ਦੁਨੀਆ ਦਾ ਹਿਸਾਬ ਦੇਖ ਲਓ, ਤੁਸੀਂ ਆਪਣੇ ਦੇਸ਼ ਦਾ ਵੀ ਦੇਖ ਲਓ। ਜਪੈਨ, ਡੈਟ ਆਫ ਜਪੈਨ ਵਿਚ ਇਜ਼ ਯੂ ਕੰਸਿਡਰ ਦਾ the best or the most advanced country, 225% of their GDP, inna karja Japan de. Singapore is 98.9%, United States is 92%, France is 84%, and Canada is 81% of their GSDP, and apna da kala 32-33% hai. So this is a wrong perception. Eda matlab nahi hai ki America, Canada sare nang ho gaye, they are developing, these are infra developing states. And so this perception ki nang ho gaya karja hoye, this is a political statement jehde of people who are against the interest of Punjab. Main kise businessman nu puchya ki yaar tusi Mercedes te kyon tore firde ho, oh kehnda yaar je assi loan len jaiye na, banker ne dekhya ki Maruti car te aa tutti, ohne loan hi nahi dena,
ਉਹ ਕਹਿੰਦੇ ਆਪ ਹੀ ਮਰੂਤੀ 'ਤੇ ਤੁਰਿਆ ਫਿਰਦਾ ਅਤੇ ਸਾਥੋਂ ਮੰਗਦਾ ਕਰੋੜ ਰੁਪਈਆ ਅਤੇ ਮਤਲਬ ਸਮਥਿੰਗ ਮੇਰੀ ਵੀ ਸ਼ੇਡੀ ਕਹਿੰਦਾ ਸਾਨੂੰ ਤਾਂ ਦਿਖਾਉਣੀ ਪੈਂਦੀ ਹੈ ਜਿਹੜਾ ਬੰਦਾ ਹੁਣ ਦੇਖੋ ਜੇ ਤੁਸੀਂ ਰੋਜ਼ ਕਹੀ ਜਾਓਗੇ ਪੰਜਾਬ ਨੰਗ ਹੋ ਗਿਆ ਪੰਜਾਬ ਆ ਹੋ ਗਿਆ ਕਿਹੜਾ ਪੰਜਾਬ 'ਚ ਇਨਵੈਸਟ ਕਰਨਾ ਹੋਊਗਾ ਹੁਣ ਸਾਡੀ ਲੀਡਰਸ਼ਿਪ ਜਿਹੜੀ ਹੂ ਆਰ ਜਿਹੜੇ ਬਾਹਰੋਂ ਸਰੋਪੇ ਬੜੇ ਜਿਹਨਾਂ ਨੂੰ ਪੈਂਦੇ ਹੈ ਉਹ ਦੇ ਆਰ ਦਾ ਬਿਗੈਸਟ ਐਨੀਮੀਜ਼ ਬਿਕੋਜ਼ ਦੇ ਆਰ ਆਪਣੇ ਪੰਜਾਬ ਦੀ ਬਦਨਾਮੀ ਕਰਾ ਰਿਹਾ ਵਿਚ ਅਗੇਂਸਟ ਦ ਫੈਕਟਸ ਜੇ ਭਾਈ ਚੱਲ ਨੰਗ ਵੀ ਹੋਈਏ ਘੱਟ ਬਾਹਰ ਤਾਂ ਜਾ ਕੇ ਆਪਾਂ ਜੇ ਆਪਾਂ ਬੰਦਾ ਆਪਣੇ ਪਰਿਵਾਰ ਦੀ ਗੱਲ ਕਿਤੇ ਬਾਹਰ ਦੱਸਦਾ ਬਾਹਰ ਜਾ ਕੇ ਤਾਂ ਆਪਾਂ ਟੋਰ ਟੁਰਨਾ ਦੱਸੀ ਆਪਾਂ ਤਾਂ ਬਹੁਤ ਵਧੀਆ ਸਾਰਾ ਕੁਛ ਹੈ ਪਰ ਆਪਣੇ ਬੰਦੇ ਆਪਾਂ ਨੂੰ ਬਦਨਾਮ ਕਰਦੇ ਫਿਰਦੇ ਹੈ ਸੋ ਆਈ ਮਸਟ ਟੈਲ ਯੂ ਦੈਟ ਵੀ ਸ਼ੁੱਡ ਸਟੇ ਅਵੇ ਫਰੋਮ ਦੈਮ ਇਨ ਦਾ ਸੈਂਸ ਦੈਟ ਵੀ ਸ਼ੁੱਡ ਨੋਟ ਲਿਸਨ ਟੂ ਦੈਮ ਇਟਸ ਅ ਫਾਲਸ ਪ੍ਰੋਪਾਗੈਂਡਾ ਅਗੇਂਸਟ ਆ ਸਟੇਟ ਕਿ ਅਸੀਂ ਨੰਗ ਹੋ ਗਏ ਜਾਂ ਆਹ ਹੋਇਆ ਦਾ ਸਿਚੁਏਸ਼ਨ ਇਜ਼ ਵੈਰੀ ਡਿਫਰੈਂਟ ਫਰੋਮ ਰਿਐਲਿਟੀ ਓਕੇ ਨਾਓ ਹਾਊ ਡਿਡ ਵੀ ਡੂ ਦਿਸ ਅਸੀਂ ਕਿਵੇਂ ਕੀਤਾ ਸਾਰਾ ਡੈਟ ਕਿਵੇਂ ਘਟਾਇਆ ਐਂਡ ਗਰੋਥ ਰੇਟ ਇਨਕਰੀਜ਼ਡ ਬਿਕੋਜ਼ ਸਾਡੇ ਕੋਲ ਦੋ ਤਰੀਕੇ ਸੀ ਇੱਕ ਮੇਰਾ ਛੋਟਾ ਵੀਰ ਜਿਹੜਾ ਛੱਡ ਕੇ ਚਲਾ ਗਿਆ ਉਹਦਾ ਵਿਊ ਸੀ ਕਿ ਸਾਰਾ ਕੁਝ ਬੰਦ ਕਰ ਦਿਓ ਆ ਰੋਟੀ ਖਾਣੀ ਸਗਨ ਵੀ ਬੰਦ ਕਰ ਦਿਓ ਪੈਨਸ਼ਨ ਵੀ ਬੰਦ ਕਰ ਦਿਓ ਸਬਸਿਡੀ ਬੰਦ ਕਰ ਦਿਓ ਸਾਰਾ ਕੁਝ ਬੰਦ ਕਰ ਦਿਓ ਸੋ ਯੂ ਸਟਾਰਟ ਸੇਵਿੰਗ ਹੈ ਸੋ ਦੈਟ ਮੀਨਸ ਵੈਨ ਯੂ ਸਟਾਰਟ ਸੇਵਿੰਗ ਮੀਨਸ ਔਰ ਰਿਡਿਊਸਿੰਗ ਯੋਰ ਕੋਸਟ ਦੈਟ ਮੀਨਸ ਯੂ ਬਿਕਮ ਵਾਇਬਲ ਦ ਟੂ ਸੋਲੂਸ਼ਨਸ ਟੂ ਅ ਪ੍ਰੋਬਲਮ ਵਨ ਇਜ਼ ਕਿ ਤੁਸੀਂ ਦੱਬ ਕੇ ਖਾਓ ਅਤੇ ਦੱਬ ਕੇ ਕੰਮ ਕਰੋ ਦੂਜਾ ਦੈਨ ਵੀ ਦੈਨ ਯੂ ਮੇਕ ਮਨੀ ਔਰ ਦੂਜੀ ਗੱਲ ਹੈ ਕਿ ਤੁਸੀਂ ਆਪਣਾ ਸਾਰਾ ਕੁਛ ਘਟਾ ਲਓ ਸੋ ਦੈਟ ਯੂ ਰਿਡਿਊਸ ਯੋਰ ਕੋਸਟ ਐਕਸਪੈਂਡੀਚਰ ਦੈਨ ਯੂ ਕੈਨ ਮੇਕ ਮਨੀ ਵਿਚ ਵੀ ਹੈਡ ਟੂ ਪਾਥਸ ਟੂ ਚੂਜ਼ ਜੇ ਤੁਸੀਂ ਆਪ ਸਾਰਾ ਕੁਛ ਘਟਾਉਣ ਲੱਗ ਜਾਓਗੇ ਜੇ ਫੋਰ ਐਗਜ਼ਾਮਪਲ ਤੁਸੀਂ ਆਪਣੀ ਸੇਵਿੰਗ ਕਰਨੀ ਹੈ ਤੁਸੀਂ ਪਹਿਲੇ ਪੰਜ ਰੋਟੀਆਂ ਖਾਂਦੇ ਸੀ ਲੰਚ 'ਤੇ ਤੁਸੀਂ ਕਹਿੰਦਾ ਯਾਰ ਖਰਚਾ ਘਟਾਉਣਾ ਮੈਂ ਦੋ ਖਾਣ ਲੱਗ ਜੂਗਾ ਹੋਊਗਾ ਕੀ ਪਹਿਲੀ ਗੱਲ ਆਟੇ ਦੀ ਡਿਮਾਂਡ ਘੱਟ ਜੂ ਕਿਉਂਕਿ ਜਿਹੜੇ ਤਿੰਨ ਰੋਟੀਆਂ ਸੀ ਤੁਸੀਂ ਘੱਟ ਕਰਤੀਆਂ ਉਹਦੀ ਡਿਮਾਂਡ ਘੱਟ ਜੂਗੀ ਜੇ ਆਟੇ ਦੀ ਡਿਮਾਂਡ ਕਰਨੀ ਫਾਰਮਰ ਦੀ ਕਣਕ ਦੀ ਡਿਮਾਂਡ ਘੱਟ ਜੂਗੀ ਜੇ ਕਣਕ ਦੀ ਡਿਮਾਂਡ ਘੱਟ ਜੂਗੀ ਉਹ ਵਿਚਾਰਾ ਫਾਰਮਰ ਦੀ ਪ੍ਰੋਫਿਟ ਘੱਟ ਜੂਗਾ ਯੂ ਡੀ ਐਕਸਲਰੇਟ ਦ ਇਕੋਨਮੀ ਇਫ ਯੂ ਸਟਾਰਟ ਇਨਵੈਸਟਿੰਗ ਇਫ ਯੂ ਸਟਾਰਟ ਵਰਕਿੰਗ ਹਾਰਡ ਦੈਨ ਵਟ ਹੈਪਨਸ ਯੂ ਐਕਸਲਰੇਟ ਦ ਇਕੋਨਮੀ ਵੀ ਟੁੱਕ ਅ ਪਾਸ ਆਫ ਐਕਸਲਰੇਟਿੰਗ ਆ ਸਟੇਟ ਇਕੋਨਮੀ ਵੀ ਸੈਡ ਵੀ ਵਿਲ ਇੰਕਰੀਜ਼ ਆਰ ਰੈਵਨਿਊਜ਼ ਐਂਡ ਵੀ ਹੈਵ ਬੀਨ ਵੈਰੀ ਸਕਸੈਸਫੁਲ ਵਿਦਾਊਟ ਪੁਟਿੰਗ ਟੈਕਸਿਸ ਵੀ ਐਕਸਪੈਂਡਡ ਆ ਬੇਸ ਵੀ ਇੰਕਰੀਜ਼ਡ ਕੰਪਲਾਇੰਸ ਐਂਡ ਟੁਡੇ ਆਰ ਰੈਵਨਿਊ ਰਿਸੀਵਸ ਜਿਹੜਾ ਪੰਜ ਸਾਲ 'ਚ ਤੁਸੀਂ ਦੇਖ ਲਓ ਪੰਜ ਸਾਲ 'ਚ ਕਾਂਗਰਸ ਦੇ ਰਾਜ ਵਿੱਚ ਰੈਵਨਿਊ ਰਿਸੀਵਸ ਵਾਸ ਅਪਰੋਕਸੀਮੇਟਲੀ 70,000 ਕਰੋੜਸ ਐਂਡ ਵੀ ਟੁੱਕ ਦੈਮ ਅਪ ਟੂ 1,15,000 ਕਰੋੜਸ ਆ 46,000 ਕਰੋੜਸ ਇੰਕਰੀਜ਼ ਇਨ ਐਵਰੀ ਏਰੀਆ ਵੈਟ ਐਕਸਾਈਜ਼ ਸਾਰੀ ਜਗ੍ਹਾ ਦੇਖੋ ਆ ਜਿਹੜੇ ਗਰੋਸ ਕਲੈਕਸ਼ਨ ਆਫ ਦਾ ਸੇਲ ਟੈਕਸ ਉਹ 19,000 ਕਰੋੜਸ ਵੀ ਟੁੱਕ ਇਟ ਟੂ 45,000 ਕਰੋੜਸ ਦੈਟ ਇਜ਼ ਹਾਊ ਵੀ ਡਿਵੈਲਪਡ ਆ ਸਟੇਟ ਦੈਟ ਇਜ਼ ਵਾਈ ਵੀ ਹੈਵ ਬੀਨ ਏਬਲ ਟੂ ਡਿਵੈਲਪ ਔਨ ਬ੍ਰਿੰਗ ਇਨ ਇਨਫਰਾਸਟ੍ਰਕਚਰ ਵਿਚ ਇਜ਼ ਨੋਟ ਪੋਸੀਬਲ ਬਿਫੋਰ ਈਵਨ ਦਿਸ ਇਜ਼ ਅ ਸਿਨੇਰੀਓ ਆਫ ਅ ਕੰਟਰੀ ਕੰਪੇਅਰ ਇਟ ਟੂ ਪੰਜਾਬ ਐਂਡ ਦਾ ਕਾਂਗਰਸ ਗਵਰਨਮੈਂਟ ਯੂ ਦਿਸ ਵਿਲ ਗਿਵ ਯੂ ਅ ਕਲੀਅਰ ਪਿਕਚਰ ਪਲੈਨਿੰਗ ਕਮਿਸ਼ਨ ਆਫ ਇੰਡੀਆ ਸੈਟਸ ਅ ਟਾਰਗੇਟ ਫਾਰ ਐਵਰੀ ਸਟੇਟ ਫਾਰ ਐਵਰੀ 5-year ਪਲਾਨ 2002 to 2010 ਟਾਰਗੇਟ ਆਫ ਪਲੈਨਿੰਗ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਫਾਰ ਪੰਜਾਬ ਵਾਸ 6.4% ਗਰੋਥ ਜਿਵੇਂ ਤੁਹਾਡੀ ਅੱਜ ਕੱਲ੍ਹ ਇੰਡੀਆ ਦੀ ਗਰੋਥ ਅੱਜ ਕੱਲ੍ਹ 5 'ਤੇ ਚੱਲ ਰਹੀ ਹੈ 5.5 ਚੱਲ ਰਹੀ ਹੈ ਸਾਡੀ ਉਦੋਂ ਸਟੇਟ ਦੀ ਗਰੋਥ ਟਾਰਗੇਟ ਉਹਨੇ 6.4 ਕੀਤਾ ਸੀ ਅਤੇ ਅਚੀਵ ਕੀਤਾ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ 4.5% ਦੇ ਵਰ ਬਿਲੋ ਦੇਅਰ ਗਰੋਥ ਟਾਰਗੇਟਸ 2007 ਆਨਰੇਬਲ ਚੀਫ ਮਿਨਿਸਟਰ ਟੁੱਕ ਆਫਿਸ ਬਿਕੋਜ਼ ਉਹਨਾਂ ਨੇ ਚੀਫ 4.5 ਕੀਤਾ ਸੀ ਗਵਰਨਮੈਂਟ ਆਫ ਇੰਡੀਆ ਪਲੈਨਿੰਗ ਕਮਿਸ਼ਨ ਨੇ 11th ਪਲਾਨ ਵਾਸ ਸਾਡਾ ਟਾਰਗੇਟ ਰੱਖਤਾ 5.9% ਗਰੋਥ ਰੇਟ ਆਫ ਆ ਸਟੇਟ ਬਟ ਵੀ ਅਚੀਵਡ 7.5% ਗਰੋਥ ਹਾਇਰ ਦੈਨ ਅੱਛਾ ਗਵਰਨਮੈਂਟ ਆਫ ਇੰਡੀਆ ਦਾ 10th year ਦਾ ਪਲਾਨ ਗਵਰਨਮੈਂਟ ਆਫ ਇੰਡੀਆ ਦਾ 10th ਦਾ ਪਲਾਨ ਪੂਰੇ ਦੇਸ਼ ਦਾ ਸੀ 8% ਦੇ ਵੈਂਟ ਡਾਊਨ ਟੂ 7.8% 11th ਦਾ ਪਲਾਨ ਸੀ 9% ਦੇ ਵੈਂਟ ਡਾਊਨ ਟੂ 8% ਆਰ ਇਜ਼ ਦਾ ਓਨਲੀ ਸਟੇਟ ਇਨ ਦਾ ਕੰਟਰੀ ਵੇ ਦਾ ਟਾਰ ਵੀ ਬੀਟ ਆ ਟਾਰਗੇਟਸ ਇਨ ਆਰ ਟਾਈਮ ਐਂਡ ਆਈ ਸ਼ੋਰ ਯੂ ਨੈਕਸਟ 5 years ਦਿਸ ਇਜ਼ 7.5 ਇਜ਼ ਨਥਿੰਗ ਵੀ ਵਿਲ ਟਰਾਈ ਟੂ ਰੀਚ ਅ ਡਬਲ ਡਿਜਿਟ ਫਿਗਰ ਐਂਡ ਯੂ ਵਿਲ ਸੀ ਦ ਮੈਸਿਵ ਗਰੋਥ ਰੇਟ ਐਂਡ ਦਿਸ ਇਜ਼ ਆਲ ਬਿਕੋਜ਼ ਆਫ ਦ ਗਾਈਡੈਂਸ ਆਫ ਆਨਰੇਬਲ ਚੀਫ ਮਿਨਿਸਟਰ ਐਂਡ ਦ ਪਲੈਨਿੰਗ ਐਂਡ ਅ ਟੀਮ ਆਫ ਆਰਸ
Their other indicators are physical deficit and revenue deficit. Punjab, that 2006-07 that physical deficit was 5.35%. Revenue deficit of the budget, this is all budget, was 4.56%. Pichle saal 10-11 tak jo hoya hai, we brought down the fiscal deficit of a state from 5.35% to 3.14%. Revenue deficit of the state was brought down from 4.56% to 1.33%, which is the best what any state has achieved. Even Government of India, the fiscal deficit aaj 5.1 hai, much higher than us. Are their revenue deficit is 2.3, much higher than, double than us. So the, you can see how we have done it, and these are the various charts showing. I think we can give you a hard copy. I don't want to go through all of them. Excise, how we have, everywhere you see, one side is the 5 year of Congress, one is ours. You will see a drastic improvement, even in the key sectors of expenditure. Like, we have compared 5 years of Captain Saab, and this is our 2007 to 12 is Badal Saab's, and 2002 to 2007 is Congress. In general education, they spent only 540 crores in education in 5 years in Punjab. We spent 2,692 crores in education. Just see, maybe four times this in education. In health and medicals, they spent 163 crores. We spent 465 crores. Rent Control Act. That means ek dar si thode ki assi koi property lavange, kiraye te devange, koi kabja kar lu, aj de baad nahi kabja kar sakda. Kyunki assi act kanun bana ditta ki ਹੁਣ ਜਿੰਨੀ ਦੇਰ ਦਾ ਅਗਰੀਮੈਂਟ ਹੋਊਗਾ, ਜੇ ਤੁਹਾਡਾ 2 ਸਾਲ ਦਾ ਅਗਰੀਮੈਂਟ ਹੈ, ਇੱਕ ਦਿਨ 2 ਸਾਲ ਤੋਂ ਬਾਅਦ ਨਹੀਂ ਰੱਖ ਸਕਦਾ ਉਹ, ਹੀ ਹੈਜ਼ ਟੂ ਗੈਟ ਆਊਟ ਲਾਈਕ ਇਨ ਯੋਰ ਕੰਟਰੀਜ਼, ਦੈਟ ਐਕਟ ਹੈਜ਼ ਬੀਨ ਪਾਸਡ. ਆਈ ਹੈਵ ਆਲਸੋ ਪਾਸਡ ਅ ਨਿਊ ਦਿਸ ਥਿੰਗ, ਜਿੰਨੀਆਂ ਸਾਡੀਆਂ ਗਵਰਨਮੈਂਟ ਸਟੇਟਸ ਹੈ, ਪੁੱਡਾ ਇਜ਼ ਕਮਿੰਗ ਆਊਟ ਵਿਦ ਵੈਰੀ ਨਾਈਸ ਅਰਬਨ ਸਟੇਟਸ ਆਲ ਓਵਰ ਸਟੇਟ, 10% ਆਫ ਦ ਪਲੋਟਸ ਵਿਲ ਬੀ ਰਿਜ਼ਰਵਡ ਫੋਰ ਐਨ ਆਰ ਆਈਜ਼ ਇਨ ਦੈਟ ਆਲ ਐਂਡ ਇੰਡਸਟਰੀਅਲ ਐਂਡ ਰੈਜੀਡੈਂਸ਼ੀਅਲ 10% plots will be reserved. This also decision has been taken. Jira thodiyan aam thodiyan je tusi gal kite si zameen de kabje, you have these questions ki yaar pind sadi khever detail chahidi honi hai, zameen bare tonu khever detail chahidi hai, khasra number detail chahidi hai, co owner de khever da khate da number chahida hai, khasra gadavri detail chahidi hai, land mortgage by the co owners nu tonu chahidi hundi hai detail, who's cultivating column, jama bandi di columns dekhna chahunde ho ki kithe hoga. ਆਹ ਸਾਰੀਆਂ ਚੀਜ਼ਾਂ ਹੁਣ ਔਨਲਾਈਨ ਜਿਹੜੀਆਂ ਸਾਡੀਆਂ WWPLRS ORG ਸਾਡੀ ਜਿਹੜੀ ਵੈਬਸਾਈਟ ਹੈ, ਤੁਸੀਂ ਅਮਰੀਕਾ 'ਚ ਬੈਠੇ ਹੋ, ਕੈਨੇਡਾ 'ਚ ਬੈਠੇ ਹੋ, ਯੂ ਲੌਗ ਇਨ ਯੋਰ ਵਿਲੇਜ ਨੇਮ, ਯੋਰ ਨੇਮ, ਲੈਂਡ ਡਿਟੇਲਸ, ਯੂ ਕੈਨ ਚੈੱਕ ਐਨੀ ਰਿਕਾਰਡ ਆਫ ਯੋਰ ਲੈਂਡ. 80% ਆਫ ਦ ਵਿਲੇਜਸ ਹੈਵ ਬੀਨ ਮੇਡ ਔਨਲਾਈਨ. ਈਵਨ ਟੂਡੇ ਇਫ ਸੰਬੜੀ ਵਾਂਟਸ ਟੂ ਗੈਟ ਅਪ, ਵੀ ਕੈਨ ਸ਼ੋ ਯੂ, ਇਫ ਯੂ ਵਾਂਟ ਡਿਟੇਲਸ ਆਫ ਯੋਰ ਵਿਲੇਜ ਲੈਂਡ ਸਿਟਿੰਗ ਹੇਅਰ, you can see it on the screen and show it to everybody. This is what we have done, and this is going to be a major one of the major issues of the NRI which has been solved. All the land records I've talked about, that's mutations. Another thing what you have said is ek dar hunda thonu ki saadi zameen de utte kisne koi godauri na karaje ya saadi koi mutation hor na karaje. Asi hun you register with our this jehdi saadi website land record portal de vich thonu, if you register with us, jadon vi koi godauri hougi pehle thode kole email aajugi ya thonu alert aajuga, so that you can check, and if you is right, you can write online only to them your thing, and nobody can do anything. You can watch it jadon koi mutation hougi, you can even block your mutation ki meri aa zameen hai, and hoye ki koi hor hi ki na karke le jaye koi patwari na milke, hun you can even block it. We have come to this thing that tusi apna sanu rakh ke de do, we'll block it. That means nobody can mutate without your clearance. This is another feature which we have done. Fast track revenue course the kar dete. Honorable Chief Minister, just now before coming, he was telling me he's cleared a file for setting up special NRI fast track courts for NRI issues. That is jehde thodi problem si ਕਿ ਸਾਡੀ ਲਿਟੀਗੇਸ਼ਨ ਜਿਹੜੀ ਕੋਈ ਜ਼ਮੀਨ ਦਾ ਝਗੜਾ ਹੈ, ਲੈਂਡ ਦਾ ਝਗੜਾ ਹੈ, ਇੱਥੇ ਕੋਰਟਸ, ਸੋ ਦੇਲ ਬੀ ਏ ਥ੍ਰੀ ਕੋਰਟਸ, ਤਿੰਨ ਸਪੈਸ਼ਲ ਕੋਰਟਸ ਅਰਾਊਂਡ ਪੰਜਾਬ ਵਿਲ ਬੀ ਡਨ, ਓਨਲੀ ਡੀਲਿੰਗ ਵਿਦ ਐਨ ਆਰ ਆਈ ਕੇਸਿਸ, ਐਂਡ ਦੇਲ ਬੀ ਫਾਸਟ ਟਰੈਕ ਕੋਰਟਸ ਔਨ ਅ ਡੇਲੀ ਬੇਸਿਸ, ਜਿੱਥੇ ਹੁਣ 10 ਸਾਲ ਲੱਗਦੇ ਸੀ, ਮੈਨੂੰ ਲੱਗਦਾ ਸਾਲ ਡੇਢ ਸਾਲ 'ਚ ਦੈਟ ਪ੍ਰੋਬਲਮ ਯੋਰ ਕੇਸਿਸ ਕੈਨ ਬੀ ਸੋਲਵ.
this is one of the only state, I think, which has taken such a bold decision, and I must congratulate the Chief Minister for it. Acha, asi chodi adiyan number daniyan kya asi o kartiyan other things. We have made another law for registering NRI marriages. Ho ki reya si, itthe vyaah kara lende si, ode baad labda nahi si banda kithe gaya. Hun asi jehda vyaah karauga itthe hoga, he has to give certain documents to us, to our department of registration. Jive oda passport, photocopy, odi social security, odiyan jehdiyan 5-7 hor cheezan hundiyan, so that je oh fraud karke jauga, we know where the person is, how we can track him, how we can, even the embassies can work on it, and we can get him back or whatever it is. The details now we are making it compulsory. This act has been passed by assembly and it will be enforced now. A registration of NRI marriages, this will solve a lot of problems which are taking place at this moment of these fake marriages. We are extending, we have 6 NRI police stations, so 8 banon lage hain, 6 da chal rahe hain, 8 do hor kar rahe hain. ਇੱਕ ਜਿਹੜੀ NRI ਦੀ ਕੋਈ ਪੁਲਿਸ ਦੀ ਕੰਪਲੇਂਟ ਹੋਏ ਇਵਨ ਆਊਟਸਾਈਡ ਸਪੈਸ਼ਲ ਔਨ ਅ ਵੈਬਸਾਈਟ ਤੁਹਾਡੇ ਕੋਲੇ ਆਜੂਗਾ ਸਪੈਸ਼ਲ NRI ਰਿੰਗ ਔਨ ਅ ਪੁਲਿਸ ਵੈਬਸਾਈਟ ਆਲ ਕੰਪਲੇਂਟਸ ਸਿਟਿੰਗ ਦੇਅਰ ਇਫ ਯੂ ਹੈਵ ਯੂ ਕੈਨ ਲੌਗ ਔਨ ਟੂ ਆਰ NRI ਪੋਰਟਲ ਆਫ ਆ ਪੁਲਿਸ ਜਿਹੜੀ ਸਾਡੀ 24 ਆਵਰਸ ਵੈਬਸਾਈਟ ਹੈ ਵਿਚ ਯੂ ਹੈਵ ਸਪੈਸ਼ਲ ਪੋਰਟਲ ਹੈਜ਼ ਬੀਨ ਕ੍ਰੀਏਟਡ ਆਫ NRI ਵਿਲ ਕ੍ਰੀਏਟ ਵੇਅਰ ਆਲ ਕੰਪਲੇਂਟਸ ਕੈਨ ਬੀ ਰਜਿਸਟਰਡ ਆਊਟ ਫਰਮ ਆਊਟਸਾਈਡ ਐਂਡ ਵੀ ਵਿਲ ਐਵਰੀ ਆਫਟਰ ਫਸਟ 15 ਡੇਜ਼ ਵਿਲ ਟੈਲ ਯੂ ਦ ਸਟੇਟਸ ਆਫ ਵਟ ਐਨ ਆ ਰਿਪਲਾਈ ਵਟ ਇਜ਼ ਹੈਪਨਿੰਗ ਔਰ ਹੂਮ ਟੂ ਕੰਟੈਕਟ every detail. We have also passed a new law of this travel agent scam. ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਅਮਰੀਕਾ ਜਾਂਦਾ ਜਾਂਦਾ ਮੰਗੋਲੀਆ ਹੀ ਉਤਰ ਗਿਆ ਉਹ ਜੇ ਬੰਦਿਆਂ ਨੂੰ ਫੜਨ ਵਾਸਤੇ ਜਿਹੜੇ ਲੈ ਕੇ ਜਾਂਦੇ ਆ ਉਹਨਾਂ ਵੀ ਪਾਸਟ ਹਿਊਮਨ ਟ੍ਰੈਫਿਕਿੰਗ ਹਿਊਮਨ ਸਮਗਲਿੰਗ ਲਾਅ ਵਿਚ ਇਜ਼ ਇੰਪ੍ਰਿਜ਼ਨਮੈਂਟ ਅਪ ਟੂ 7 ਈਅਰਸ ਐਂਡ ਐਵਰੀ ਟਰੈਵਲ ਏਜੰਟ ਨਾਓ ਹੈਜ਼ ਟੂ ਬੀ ਰਜਿਸਟਰਡ ਵਿਦ ਅਸ ਐਂਡ ਨੋਬਡੀ ਕੈਨ ਟੇਕ ਆਊਟ ਐਨੀ ਐਡਵਰਟਾਈਜ਼ਮੈਂਟ ਹੁਣ ਮੈਂ ਦੇਖਿਆ ਸੀ ਇੱਕ ਅਖਬਾਰ 'ਚ ਲਿਖਿਆ ਸੀ ਇੱਥੇ ਪੰਜਾਬੀ ਕਿ ਇੰਨੀਆਂ ਲੜਕੀਆਂ ਸ਼ਾਦੀ ਵਾਸਤੇ ਚਾਹੀਦੀਆਂ ਹੁਣ ਆਣੋ ਇਹਦੇ ਨਹੀਂ ਕ੍ਰੇਜ਼ੀ ਦੀਸ ਪੀਪਲ ਦੇ ਥੱਲੇ ਕੋਈ ਆਪਣਾ ਨਾਂ ਨਹੀਂ ਲਿਖਦੇ ਪੋਸਟ ਬਾਕਸ ਲਿਖ ਕੇ ਲਈ ਜਾਂਦੇ ਆ ਸੋ ਔਰ ਇੰਨੇ ਇੱਕ ਜੋਬ ਆ ਰਹੇ ਇੱਥੇ ਲਿਖਿਆ ਸੀ ਕਿ ਇੰਨੀਆਂ ਜੋਬਸ ਜੇ ਚਾਹੀਦੀਆਂ ਇੱਥੇ ਦੇ ਕੰਟਰੀ 'ਚ ਇੰਨੀਆਂ ਜੋਬ ਵਾਸਤੇ ਅਪਲਾਈ ਕਰੋ ਔਲ ਸਕੈਮਸ ਸੋ ਐਵਰੀ ਐਡ ਵਿਲ ਹੈਵ ਟੂ ਟੇਕ ਵਿਲ ਹੈਵ ਟੂ ਹੈਵ ਅ ਰਜਿਸਟ੍ਰੇਸ਼ਨ ਨੰਬਰ ਜਿਹੜਾ ਸਾਡਾ ਹੋਊਗਾ ਪਲੱਸ ਐਵਰੀ ਟਰੈਵਲ ਏਜੰਟ ਹੈਜ਼ ਟੂ ਬੀ ਵਿਲ ਬੀ ਸਕਰੂਟਨਾਈਜ਼ ਐਂਡ ਹੈਵ ਟੂ ਬੀ ਰਜਿਸਟਰਡ ਵਿਦ ਅਸ ਵੀ ਹੈਵ ਈਵਨ ਜਿਵੇਂ ਕੋਈ NRI ਆਉਂਦੇ ਹੈ ਕਿ ਕਿਸੇ ਨੂੰ ਸਿਕਿਉਰਿਟੀ ਦੀ ਲੋੜ ਹੈ ਜਾਂ ਕੋਈ ਤੁਹਾਨੂੰ ਘਰ ਦੀ ਸਿਕਿਉਰਿਟੀ ਲੋੜ ਹੈ ਵੀ ਹੈਵ ਫਾਰਮਡ ਅ ਸਪੈਸ਼ਲ ਫੋਰਸ ਨੋਨ ਐਜ਼ ਪੈਸਕੋ ਪੰਜਾਬ ਐਕਸ ਸਰਵਿਸਮੈਨ ਯੂ ਕੈਨ ਪੇ ਐਂਡ ਦੀਜ਼ ਆਰ ਫੁੱਲੀ ਟ੍ਰੇਨਡ ਐਕਸ ਸਰਵਿਸਮੈਨਸ ਅੰਡਰ ਦਾ ਪੰਜਾਬ ਗਵਰਨਮੈਂਟ ਵੀ ਹੈਵ ਅ ਰੇਟ ਕਾਰਡ ਵਟ ਐਵਰ ਇਟ ਇਜ਼ ਇਫ ਯੂ ਵਾਂਟ ਟੂ ਹੈਵ ਗਨਮੈਨ ਔਰ ਯੂ ਵਾਂਟ ਟੂ ਹੈਵ ਜਿਵੇਂ ਘਰ ਦੇ ਗਾਰਡਸ ਲਾਉਣੇ ਆ ਵਿਚ ਆਰ ਮੋਰ ਸਿਕਿਓਰ ਦੈਨ ਐਨੀ ਵਨ ਦਿਸ NRI ਯੂ ਵਾਂਟ ਕੀਪ to secure your house or whatever it is, you can do that. So these are the various things of NRI you'll get to know. Judicial courts we just mentioned about. Another thing, I was being the Home Minister, I was talking to my police regarding proclaimed offenders. We are going through the list. She's here. IG NRI is here, I think, where is she? She is, Mrs. Deol, she is the NRI IG and she's IG of the range of Jalandhar also. What is the total proclaimed offenders, NRI? 844. Acha hoya ki hai 844. We want to help them in the sense adhe ki hai proclaimed offender ki hai oh bechara ladai bhrama di hai sari jagah te main dekhya. It has nothing to do with ki kise di zameen da raula oh bahar chala gaya ohde piche case kara ke ohnu ਡਰਾ ਤਾਂ ਬੰਦਾ ਆਉਂਦਾ ਨਹੀਂ ਸੋ ਵੀ ਆਰ ਕਮਿੰਗ ਆਊਟ ਵਿਦ ਅ ਥਿੰਗ ਇਫ ਐਨੀਬਡੀ ਵਿਲ ਗਿਵ ਅ ਲਿਸਟ ਆਫ ਹੂ ਆਰ ਦ ਪ੍ਰੋਗਰਾਮ ਫੰਡਰਸ ਇਫ ਦੇ ਵਾਂਟ ਟੂ ਗੈਟ ਇਨ ਟੱਚ ਵਿਦ ਅਸ ਵੀ ਇਫ ਦੇ ਗਿਵ ਅਸ ਦ ਰੀਜ਼ਨ ਇਫ ਯੂ ਕੈਨ ਗਿਵ ਅਸ ਇਫ ਯੂ ਨੀਡ ਟੂ ਰੀਇਨਵੈਸਟੀਗੇਟ ਔਰ ਵੀ ਕੈਨ ਹੈਲਪ ਦੈਮ ਵੀ ਕੈਨ ਟੈਲ ਦ ਲਾਇਰਸ ਹੂ ਆਰ ਦੇਅਰ ਇਨ ਹੂ ਕੈਨ ਬੀ ਅਪਰੋਚਡ ਸੋ ਦੈਟ ਲੀਸਟ ਵੀ ਵਾਂਟ ਟੂ ਦੇਸ ਦ ਸੈਂਸ ਦੈਟ ਦਿਸ ਦੀਸ ਥਿੰਗਸ ਸ਼ੁਡ ਨਾਟ ਬੀ ਐਕਸਪਲੋਇਟਡ ਸਮ ਆਰ ਕ੍ਰਿਮੀਨਲਸ ਦੈਟ ਇਜ਼ ਫਾਈਨ ਸਮ ਹੈਵ ਨਾਟ ਡਨ ਐਨੀਥਿੰਗ ਬਟ ਕੋਈ ਕੋਈ ਥੋੜ੍ਹੀ ਘਰ ਦੀ ਲੜਾਈ ਕਰਦੇ ਕੋਈ ਜਾਂ ਫੋਲ ਕਰਕੇ ਕੁਛ ਨਾ ਕਿਸੇ ਕਰਕੇ ਕੋਈ ਚੀਜ਼ ਉੱਥੇ ਫਸ ਗਏ ਹੈ ਸੋ ਵੀ ਆਰ ਕਮਿੰਗ ਆਊਟ ਅ ਸਪੈਸ਼ਲ ਵੇ ਟੂ ਹੈਲਪ ਦੈਮ ਇਨ ਦੈਟ ਆਰ ਏਮ ਇਜ਼ ਦੈਟ ਜਸਟਿਸ ਸ਼ੁੱਡ ਬੀ ਗਿਵਨ ਦੈਟ ਇਜ਼ ਅ ਬੇਸਿਕ ਫੰਡਾਮੈਂਟਲ ਏਜੰਡਾ ਆਫ ਦਾ CM ਆਈ ਡੋਂਟ ਥੈਂਕ ਯੂ ਵੈਰੀ ਮੱਚ ਓਕੇ ਵੀ ਹੈਵ ਅਨਦਰ ਥਿੰਗ
as I said, we have launched this NRI privilege card. It's a very good card. It's going to have, it's just not only shopping advantages. We will slowly keep on adding a lot of services to it. What we need a data bank of our NRIs whom we can help. So that what happens is somebody gets registered with us, we can help them if he has any issues, they can be logged on to us, he can get us any details, we are going to do our NRI ministry is going to be established in a very big way. We are expanding the ministry. We are setting up an NRI Bhavan in Mohali now, special by in Puda in Mohali, where every service will be in one place. NRI will not have to go anywhere. The NRI Bhavan here and maybe one Bhavan in Jalandhar. So both of them will work here. We interactive website is going to be launched very shortly, very attractive website. And we have one very dynamic minister we have put as your NRI. And I think he's taken care of everybody. And it looks as if everyone is very happy. And I want to thank the media for coming. It's a historic day for us because pehli vaar badi der di khaish si meri vi te saryan di ki bahar de jehde apne media de sajjan hai, we should interact with us because ki hunda hai, you are the mouthpiece of the people of Punjab. Punjabis here and Punjabis outside. So actual facts je thonu pata lag jan, sometimes wrong perceptions are created by coming here. You can actually see what is happening. Some false propagandas can be saved. Our aim of everybody, whether you are staying there or here, is Punjab has to go develop. We are Punjabis. This is our place where we can feel at home. Tusi bhave America jithe marzi baithe ho, Canada baithe ho, tusi ik baar apne dil te hath rakh ke gal karo yaar, ji kithe lagda hai, bhave jithe marzi ho यार स्वाद तो फिर पंजाब ही आता है. भावें तुम अरबांपति अमरीका जाके हो गए कि पर जो सरदारी इतने इतने आते टोर है उत्थे गुणी है उत्थे तो मकैनिकल ही है जिम्मे मशीन च पार्ट चाहिए अगली बार निकले वह बन के आ जाता है. देर यू आर वर्किंग एज अ मशीन. आई जस्ट वॉन्ट टू टैल यू आर मोस्ट वेलकम. दिस इज योर होम. लैट अस डिवेलप दिस होम. लैट्स बिल्ड दिस होम. एंड वी अलोन के नॉट बिल्ड दिस होम. We need your support. We need your suggestions. We need your blessings. Now, today, you are in powerful positions. You can help your state. You can pressurize your governments to do something for us. Jivein koi, jivein assi pinda janne hai. Je sade halke de koi MLA nu janda hai pind wala. Oh kehnda mere MLA le aao, main grant ground jyada hi diwa dunga apne halke ch. Similarly, you have the power. There are certain things like advantages your country has over us. Let us help us acquire those advantages. There are certain advantages we have maybe over your country. We can contribute there, but you can become our spokesman. You can be our mouthpiece for, and let us project Punjab as the best destination, best infrastructure destination, best destination in every aspect. And we can only do it if we jointly take it a mission. For me, there's no, mera virodhi hai, koi sada virodhi nahi, koi sada dost nahi, aapa sare ikatthe hain with one mission to develop Punjab. And if we work together with your blessing, with your support, on behalf of the government, I assure you, we are open-minded. You, your suggestions, we are ready to accept. And we don't have a high command like Congress. ਕਿ ਤੋਂ ਪੁੱਛ ਕੇ ਪਹਿਲੇ ਉੱਥੇ ਦਿੱਲੀ ਆ ਕੇ ਪੁੱਛਦੇ ਆ ਕਿ ਕਰੀਏ ਨਾ ਕਰੀਏ, ਸਾਹ ਲਈਏ ਕਿ ਨਾ ਲਈਏ. ਇੱਥੇ ਤਾਂ ਜੋ ਮੁੱਖ ਮੰਤਰੀ ਸਾਹਿਬ ਕਹਿ ਦੇਣ ਸਾਡੇ ਵਾਸਤੇ ਬਾਦਲ ਸਾਹਿਬ ਦੇ ਹੁਕਮ ਨਾਲ, ਸਾਰੀ ਪਾਰਟੀ ਇੱਕੋ ਹੀ ਹੁਕਮ ਤੇ. ਐਂਡ ਵੀ ਟੇਕ ਡਿਸੀਜਨਸ ਵੈਰੀ ਫਾਸਟ. ਵੀ ਡੂ ਨਾਟ ਡਿਲੇ. ਵੀ ਆਰ ਮਿਸ਼ਨ ਇਜ਼, ਕਿਉਂਕਿ ਡਿਸੀਜਨਸ ਟੇਕਨ ਵਿਲ ਆਲਵੇਜ਼ ਬ੍ਰਿੰਗ ਬੈਨੀਫਿਟਸ. ਨੋਨ ਡਿਸੀਜਨਸ ਡੋਂਟ ਗਿਵ ਯੂ ਲਾਈਕ ਵਾਟ ਇਜ਼ ਹੈਪਨਿੰਗ ਇਨ ਦ ਕੰਟਰੀ ਵਿਦ ਡਿਸੀਜਨਸ ਆਰ ਨੋਟ ਬੀਨ ਟੇਕਨ ਐਟ ਆਲ. ਸੋ ਵੀ ਨੀਡ ਯੋਰ ਸਪੋਰਟ. ਆਈ ਥੈਂਕ ਐਵਰੀਬਡੀ, ਸਪੈਸ਼ਲੀ ਦ ਮੀਡੀਆ and our elected representatives from all over the world. People have come from all over. I'm so happy you've come. Welcome. Have a good stay. And whenever you want to come, please let us know. We will. I am in every Saturday, I'm in Delhi. So before taking off, you're taking off and landing. If you're on Saturday, you can meet me there. On the weekdays, I'm in here in Punjab. And we are planning now that in this summer, we will be visiting along with the team to other countries, and we want to
come there and talk to more people there. Unfortunately, we could not make it this time because for 3 months I was continuously out, and then the chief minister told us that the work is suffering here. So we decided that we will do next time in summers. That's the right time because summers is much better weather there. Here is 50 degrees. So let us enjoy our summers. We'll come and visit you, and we'll share our views. We will now, after this, we'll have an interactive session where we will, and the chief minister is here. You can give your suggestions, and we, if possible, we can take decisions sitting here also. And if we need to consult somebody, we'll take up the matter within our cabinet or whatever it is. But we are open to suggestions, and we welcome everybody. Thank you very much.